ਮੈਮ ਪਹਿਲੀ ਚੀਜ਼ ਤੇ ਮੈਂ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੀ ਹਾਂ, ਕਹਿੰਦੇ ਅਸੀਂ ਆਹ ਵਿਕਾਸ ਕੀਤਾ ਆਹ ਵਿਕਾਸ ਕੀਤਾ, ਕਿਸੇ ਨੇ ਬਿਜਲੀ ਫ੍ਰੀ ਕਰਤੀ, ਕਿਸੇ ਨੇ ਕਣਕ ਵੰਡਤੀ। ਜੇ ਤੁਸੀਂ ਉਹ ਜਿਹੜਾ ਨੌਜਵਾਨ ਜਿਹਨੂੰ ਤੁਸੀਂ ਡੋਬ ਦਿੱਤਾ ਉਹ ਸਹੀ ਹੋਵੇ ਨਾ, ਉਹ ਹੱਥੀ ਕਮਾਵੇ, ਉਹ ਕਣਕ ਵੀ ਪੈਦਾ ਕਰ ਲੂਗਾ, ਬਿਜਲੀ ਦਾ ਬਿੱਲ ਵੀ ਤਾਰ ਲੂਗਾ। ਪਰ ਤੁਸੀਂ ਉਹਨੂੰ ਨਿਕੰਮਾ ਬਣਾਤਾ ਵਾ, ਉਹ ਤੁਹਾਡੇ ਟੁਕੜਿਆਂ ਤੇ ਪਲਣ ਦਿਆ ਵਾ। ਉਹ ਜੇ ਨਿਕੰਮਾ ਨਾ ਹੁੰਦਾ ਨਾ ਕਣਕ ਵਾਲੀ ਲਾਂ ਚ ਬੀਬੀ ਲੱਗਦੀ, ਨਾ ਉਹ ਮੁਫ਼ਤ ਕਹਿੰਦੀ ਵੀ ਮੈਨੂੰ ਦੋ, ਹੈ ਨਾ ਬਿਜਲੀ ਦਾ ਬਿੱਲ ਉਹ ਜਨਾਨੀ ਕਹਿੰਦੀ ਵੀ ਮੇਰਾ ਖਸਮ ਨਹੀਂ ਕਰ ਸਕਦਾ ਤੇ ਮੈਨੂੰ ਬਿਜਲੀ ਮੁਫ਼ਤ ਚਾਹੀਦੀ ਆ, ਹੈਨਾ। ਇਹਨਾਂ ਸਾਰੇ ਸਿਆਸਤੀਆਂ ਨੇ ਪਹਿਲਾਂ ਉਹਨਾਂ ਨੂੰ ਨਿਕੰਮੇ ਬਣਾਤਾ, ਹੁਣ ਮੁਫ਼ਤ ਸਭ ਕੁਝ ਦੇਂਦੇ ਆ। ਇਹ ਨਾ ਮੁਫ਼ਤ ਦੇਣ, ਉਹ ਜਿਹੜੇ ਕਹਿੰਦੇ ਨੇ ਅਸੀਂ ਬ੍ਰਿਜ ਬਣਾਏ, ਅਸੀਂ ਆਹ ਵਿਕਾਸ ਕੀਤਾ, ਜਦੋਂ ਜਵਾਨੀ ਮਾਰੀ ਗਈ ਟੀਕੇ ਲਾਲਾ ਮਰ ਗਏ, ਲੋਕੀ ਮੜੀਆਂ ਭਰ ਗਈਆਂ, ਉਹਨਾਂ ਬ੍ਰਿਜਾਂ ਤੇ ਚੜ੍ਹਨਾ ਕਿੰਨੇ ਆ, ਹੁਣ ਚੜੂ ਉਸ ਬ੍ਰਿਜ ਦੇ ਉੱਤੇ, ਹੈਨਾ। ਜਿਹੜੀਆਂ ਬਿਲਡਿੰਗਾਂ ਬਣਾਤੀਆਂ, ਹਸਪੀਟਲ ਕਹਿ ਦਿੰਦੇ ਬਣਾਤੇ, ਸਭ ਕੁਝ ਬਣਾਤਾ, ਹੈਨਾ। ਹਸਪੀਟਲ ਚ ਜਾਣ ਦੀ ਤਾਂ ਲੋੜ ਹੀ ਨਹੀਂ ਪੈਂਦੀ, ਉਹ ਬੰਦਾ ਤਾਂ ਘਰੇ ਹੀ ਮਰ ਜਾਂਦਾ, ਬਿਮਾਰ ਹੋਊਗਾ ਤੇ ਹਸਪੀਟਲ ਜਾਊਗਾ ਨਾ, ਲੋੜ ਹੀ ਨਹੀਂ ਉਹਨੂੰ ਹਸਪੀਟਲ ਜਾਣ ਦੀ, ਉਹ ਤਾਂ ਟੀਕਾ ਲਾਇਆ ਉਹ ਤਾਂ ਮਰ ਗਿਆ। ਦੂਜੀ ਗੱਲ ਇਹ ਕਹਿ ਦਿੰਦੇ ਫ੍ਰੀ ਗੋਲੀ ਦਿੰਨੇ ਅਸੀਂ, ਉਹਦਾ ਕਦੀ ਕਿਸੇ ਨੇ ਹਿਸਾਬ ਰੱਖਿਆ? ਫ੍ਰੀ ਗੋਲੀ ਦਾ ਹਿਸਾਬ ਸੀ ਅੱਜ ਤੁਸੀਂ 4 ਖਾਧੀਆਂ, ਕੱਲ ਨੂੰ ਤੁਹਾਡੀਆਂ 3 ਹੋਣੀਆਂ, ਉਦੋਂ ਬਾਅਦ ਤੁਹਾਡੀਆਂ 2 ਹੋਣੀਆਂ, ਉਹ ਕਰਦੀ ਨੀ। 100 ਬੰਦਾ ਲੈਣ ਚ ਲੱਗਾ ਹੁੰਦਾ, 100 ਤੋਂ 50 ਕਦੀ ਆਇਆ? ਕਿਸੇ ਨੇ ਜਾ ਕੇ ਵੇਖਿਆ? ਕਿਸੇ ਨੇ ਨੀ ਵੇਖਿਆ।